ਹਾਲ ਹੀ ਵਿੱਚ ਹੁਸ਼ਿਆਰਪੁਰ ਵਿੱਚ ਕੁਝ ਲੋਕਾਂ ਵੱਲੋਂ ਔਰਤਾਂ ਨੂੰ ਘਰ ਅੰਦਰ ਵੜ ਕੇ ਮਾਰਕੁੱਟ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਬਾਰੇ ਪੀੜਿਤ ਔਰਤ ਦਾ ਕਹਿਣਾ ਹੈ ਕਿ ਉਹਨਾਂ ਦੇ ਗੁਆਂਢ ਵਿੱਚ ਕੁਝ ਨੌਜਵਾਨ ਰਹਿੰਦੇ ਨੇ ਜੋ ਕਿ ਨਸ਼ੇ ਦੇ ਆਦੀ ਨੇ ਅਤੇ ਅਕਸਰ ਉਹਨਾਂ ਨੂੰ ਪਰੇਸ਼ਾਨ ਕਰਦੇ ਰਹਿੰਦੇ ਨੇ ਅਤੇ ਉਹਨਾਂ ਨੂੰ ਗਾਲੀ ਗਲੋਚ ਵੀ ਕਰਦੇ ਨੇ। ਇਸ ਗੱਲ ਤੋਂ ਜਦੋਂ ਤੰਗ ਆ ਕੇ ਉਸਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਉਸਦਾ ਬਦਲਾ ਲੈਣ ਲਈ ਉਹਨਾਂ ਨੇ ਉਸਦੀ ਕੁੱਟਮਾਰ ਕੀਤੀ। ਪੀੜਤ ਔਰਤ ਦਾ ਕਹਿਣਾ ਹੈ ਕਿ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਸੀ। ਇਹ ਮਾਮਲਾ ਹੈ ਕਿ ਆਓ ਸੁਣਦੇ ਹਾਂ ਪੀੜਤ ਔਰਤ ਦੀ ਹੀ ਜ਼ੁਬਾਨੀ। ਸਾਕਸ਼ੀ ਸ਼ਰਮਾ, ਸਰ ਮੇਰੇ ਗੁਆਂਢੀ ਜਿਹੜੇ ਲੜਕੇ ਆ ਹਰਮਨ ਸਿੰਘ ਅਤੇ ਹਰਜੋਤ ਸਿੰਘ ਖਾਂਬਾ, ਇਹਨਾਂ ਨੇ ਪਿਛਲੇ 6 ਮਹੀਨਿਆਂ ਤੋਂ ਮੈਨੂੰ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ। ਜਿਹੜਾ ਹਰਜੋਤ ਸਿੰਘ ਖਾਂਬਾ ਉਹ ਡਰੱਗ ਅਡਿਕਟ ਹੈ, ਉਹ ਨਸ਼ੇੜੀ ਮੁੰਡੇ ਗਲੀ ਦੇ ਵਿੱਚ ਲੈ ਕੇ ਆਉਂਦਾ। ਸਾਡੀ ਜਿਹੜੀ ਇੱਕ ਖਿੜਕੀ ਆ ਘਰ ਦੀ, ਉਹ ਕੀ ਕਹਿੰਦੇ ਆਪਣੇ ਸਾਡੀ ਗਲੀ ਦੇ ਵਿੱਚ ਨਿਕਲਦੀ ਹੈ। ਸਾਡੇ ਕੋਲ ਸਿਰਫ 2 ਕਮਰੇ ਆ ਜਿਹ 'ਚ ਅਸੀਂ ਰਹਿੰਦੇ ਹਾਂ, ਜ਼ਿਆਦਾ ਅਸੀਂ ਉਸ ਕਮਰੇ 'ਚ ਬੈਠਦੇ ਜਿਹੜੀ ਖਿੜਕੀ ਬਾਹਰ ਨਿਕਲਦੀ ਹੈ। ਉਹਦੇ ਵਿੱਚ ਇਹ ਖਿੜਕੀ ਦੇ ਅੱਗੇ ਮਤਲਬ ਬੰਦੇ ਲਿਆ ਕੇ ਸਾਨੂੰ ਗਾਲਾਂ ਕਢਵਾਉਂਦੇ, ਸਾਨੂੰ ਉਲਟਾ ਸਿੱਧਾ ਕਹਿ ਕੇ ਸਾਨੂੰ ਪਿਛਲੇ 6 ਮਹੀਨਿਆਂ ਤੋਂ ਪਰੇਸ਼ਾਨ ਕਰ ਰਹੇ ਸੀ। ਮੈਂ ਇਸ ਚੀਜ਼ ਤੋਂ ਤੰਗ ਆ ਕੇ ਇਸ ਚੀਜ਼ ਤੋਂ ਮੈਨੂੰ ਖਤਮ ਕਰਨ ਦੇ ਲਈ ਮੈਂ 27/9/2019 ਨੂੰ ਸਿਟੀ ਥਾਣਾ SHO ਨੂੰ ਕੰਪਲੇਂਟ ਇੱਕ ਫਾਈਲ ਕੀਤੀ ਸੀਗੀ। ਹਰਜੋਤ ਸਿੰਘ ਖਾਂਬਾ, ਉਹਦੀ ਮਾਂ ਪਲਵਿੰਦਰ ਕੌਰ ਅਤੇ ਉਹਦੀ ਭੈਣ ਇੰਦਰਜੋਤ ਕੌਰ ਖਾਂਬਾ ਦੀ, ਅਤੇ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਪੁਲਿਸ ਦੀ। ਔਰ ਇਹਨਾਂ ਨੇ ਉਹਦਾ ਬਦਲਾ ਲੈਣ ਦੇ ਲਈ 28/9/2019 ਨੂੰ ਰਾਤ 10 ਵਜੇ ਸਾਰੇ ਗੁਆਂਢੀ ਇਕੱਠੇ ਕਰਕੇ, ਜਿਹੜੇ ਬਾਕੀ 3 ਘਰ ਹੈਗੇ ਆ ਉਹਨਾਂ ਨੂੰ ਇਕੱਠੇ ਕਰਕੇ ਸਾਡੇ ਦਰਵਾਜ਼ਾ ਰਾਤ ਨੂੰ 10 ਵਜੇ ਖੁਲਵਾ ਕੇ ਅੰਦਰ, ਮਤਲਬ ਕਿ ਸਾਨੂੰ ਅੰਦਰੋਂ ਬਾਹਰੋਂ ਕੱਢ ਕੇ ਸਾਨੂੰ ਮਾਰਿਆ ਕੁੱਟਿਆ। ਅਤੇ ਉਸ ਤੋਂ ਬਾਅਦ ਮੈਂ ਅਗਲੇ ਦਿਨ ਖੁਦ ਮਤਲਬ ਕਿ ਜਿਹੜੇ ਸਾਡੇ ਮੇਰੇ ਫਾਦਰ ਦੇ ਦੋਸਤ ਮਤਲਬ ਆਏ ਹੋਏ ਸੀ ਗੁਰਦਿਆਲ ਸਿੰਘ, ਉਹਨਾਂ ਨੇ ਸਾਡੀ ਮਤਲਬ ਹੈਲਪ ਕੀਤੀ। ਰਾਤ ਨੂੰ 12 ਵਜੇ ਸਾਡੀ MLR ਕਟਵਾਈ, ਉਸ ਤੋਂ ਬਾਅਦ MLR ਕਟਵਾਉਣ ਤੋਂ ਬਾਅਦ ਸਾਨੂੰ ਘਰ ਰੱਖਿਆ। ਉਸ ਤੋਂ ਬਾਅਦ 29/9 ਨੂੰ ਮੈਂ ਉੱਥੇ ਬਿਆਨ ਦਿੱਤੇ ਆਪਣੀ ਮੰਮੀ ਦੇ, ਆਪਣੀ ਦਾਦੀ ਦੇ। ਉਸ ਤੋਂ ਬਾਅਦ FI 355/56 ਦੇ ਉੱਤੇ ਰਿਪੋਰਟ ਦਰਜ ਕਰਵਾਈ, ਪਰ ਫਿਰ ਵੀ ਕੋਈ ਕਾਰਵਾਈ ਨਹੀਂ ਹੋਈ। ਉਸ ਤੋਂ ਬਾਅਦ ਮੈਂ ਇੱਕ ਮਹੀਨਾ ਮਤਲਬ ਇਹਨਾਂ ਨੇ ਫਿਰ ਮੈਨੂੰ ਪਰੇਸ਼ਾਨ ਕੀਤਾ। 112 ਅਤੇ 181 ਦੇ ਉੱਤੇ ਮੈਂ ਫਿਰ ਕੰਪਲੇਂਟ ਇਹਨਾਂ ਦੀਆਂ ਫਾਈਲ ਕਰਦੀ ਰਹੀ, ਪਰ ਕੋਈ ਪੁਲਿਸ ਨੇ ਕਾਰਵਾਈ ਨਹੀਂ ਕੀਤੀ, ਕੋਈ ਰੈਸਕਿਊ ਆਪਰੇਸ਼ਨ ਨਹੀਂ ਚਲਾਇਆ, ਕੋਈ ਸਾਨੂੰ ਬਚਾਇਆ ਨਹੀਂ। ਫੈਮਿਲੀ ਵਿੱਚ ਤੁਹਾਡੇ ਕੌਣ? ਫੈਮਿਲੀ ਦੇ ਵਿੱਚ ਮੈਂ, ਮੇਰੀ ਮਦਰ ਅਤੇ ਮੇਰੀ ਦਾਦੀ ਮਾਂ ਜਿਹੜੀ ਹੈਗੀ ਆ, ਉਹ ਘਰ ਦੇ ਵਿੱਚ ਅਸੀਂ ਇਕੱਲੀਆਂ ਰਹਿੰਦੀਆਂ। ਅਤੇ ਉਹ ਬੰਦੇ ਇਕੱਠੇ ਹੋ ਕੇ ਆਉਂਦੇ ਆ? ਹਾਂਜੀ, ਉਹ ਆਉਂਦੇ ਆ, ਉਹ ਕੋਠੇ ਤੋਂ ਵੀ ਟੱਪ ਕੇ ਆਉਂਦੇ, ਕਿਉਂਕਿ ਸਾਡੀ ਜਿਹੜੀ ਕੋਠੇ ਦੇ ਨਾਲ ਸਾਡੀ ਪੌੜੀ ਜਿਹੜੀ ਉਹ ਨੀਚੇ ਨੂੰ ਸਾਡੇ ਘਰ ਕਮਰਿਆਂ ਨੂੰ ਆਉਂਦੇ ਆ, ਔਰ ਕਮਰਿਆਂ ਦੇ ਵਿੱਚ ਘੁੱਸ ਕੇ ਸਾਨੂੰ ਮਾਰਦੇ ਕੁੱਟਦੇ ਆ। ਇੱਥੇ ਤੱਕ ਕਿ ਇੱਟਾਂ ਪੱਥਰ ਵੀ ਸਿੱਟੇ ਆ, ਜਿਹੜੇ ਕਿ ਜੈਂਟਸ ਨਹੀਂ ਆ, ਮੇਰੇ ਫਾਦਰ ਵੀ ਪੂਰੇ ਹੋ ਚੁੱਕੇ ਆ, ਮੇਰੇ ਚਾਚਾ ਵੀ ਪੂਰੇ ਹੋ ਚੁੱਕੇ ਆ, ਮੇਰੇ ਦਾਦਾ ਵੀ ਪੂਰੇ ਹੋ ਚੁੱਕੇ ਆ। ਕੀ ਕਾਰਨ ਹੈ ਤਾਂ ਕਾਤੋਂ ਕਰਦੇ ਤੁਹਾਡੇ? ਉਹ ਇਹੀ ਰੰਜਿਸ਼ ਹੈ ਕਿ 27/9 ਦੀ ਕੰਪਲੇਂਟ ਕਿਉਂ ਦਰਜ ਕਰਾਈ, ਕਿਉਂ ਸਾਡੀ ਅੱਗੇ 28/9 ਦੀ ਮਾਰਕੁਟਾਈ ਦੀ ਕਿਉਂ ਕੰਪਲੇਂਟ ਅੱਗੇ ਮਤਲਬ ਬਿਆਨ ਕਿਉਂ ਦਿੱਤੇ। ਉਸ ਤੋਂ ਬਾਅਦ ਦੀਵਾਲੀ ਵਾਲੀ ਰਾਤ ਜਿਹੜੀ ਇਹਨਾਂ ਨੇ ਕੁੰਡੀ ਤੋੜ ਕੇ ਅੰਦਰ ਘੁਸੇ ਆ ਇਹ ਸਾਰੇ 13 ਦੇ 13 ਜਣੇ, ਔਰ ਮਾਰ ਕੁਟਾਈ ਕਰਕੇ ਸਾਨੂੰ ਘੜੀਸ ਕੇ ਬਾਹਰ ਫਿਰ ਗਲੀ 'ਚ ਮਾਰਿਆ ਕੁੱਟਿਆ। ਉਹਦਾ ਮਤਲਬ ਉਹਦੇ ਅੱਗੇ ਕਾਰਵਾਈ ਕਰਨ ਦੇ ਲਈ ਮੈਂ ਲੋਅਰ ਕੋਰਟ ਦੇ ਵਿੱਚ, ਜਦ ਪੁਲਿਸ ਨੇ ਕਾਰਵਾਈ ਨਹੀਂ ਕੀਤੀ ਤਾਂ ਮੈਂ ਲੋਅਰ ਕੋਰਟ ਦੇ ਵਿੱਚ ਕੇਸ ਪਾਇਆ ਉਹਦਾ ਬਦਲਾ ਲੈਣ ਲਈ। ਫਿਰ ਉਸ ਤੋਂ ਬਾਅਦ ਅਟੈਕ 'ਤੇ ਅਟੈਕ ਕਰਦੇ ਰਹੇ, ਪਰ ਪੁਲਿਸ ਨੇ ਅੱਜ ਤੱਕ 112/181 'ਤੇ ਕੋਈ ਹੈਲਪ ਨਹੀਂ ਦਿੱਤੀ ਮੈਨੂੰ, ਨਾ ਹੀ ਮੇਰਾ ਕੋਈ ਪਰਚਾ ਦਰਜ ਕੀਤਾ। SSP ਇਹ ਤੱਕ ਨਹੀਂ, ਮੈਂ DC ਤੱਕ ਵੀ ਜਾਇਆ ਹੀ ਹਾਂ, ਪਰ ਮੇਰੀ ਕੋਈ ਸੁਣਵਾਈ ਨਹੀਂ ਹੋਈ, ਕੋਈ ਸੁਣਵਾਈ ਨਹੀਂ ਹੋਈ ਮੇਰੀ, DC ਤੱਕ ਵੀ ਕੋਈ ਸੁਣਵਾਈ ਨਹੀਂ ਹੋਈ। ਸ਼ਾਇਦ ਵੇਚਦੇ ਹੋਗੇ, ਕਿਉਂਕਿ ਉਹਨਾਂ ਦੇ ਘਰ ਦੇ ਅੱਗੇ ਬੰਦਿਆਂ ਦਾ ਆਉਣਾ ਜਾਣਾ ਬਹੁਤ ਹੈ ਪਿਛਲੇ 6 ਮਹੀਨਿਆਂ। ਪੋਲੀਟੀਕਲ ਸ਼ੈ ਵੀ ਹੈ? ਪੋਲੀਟੀਕਲ ਸ਼ੈ ਹੈਗੀ ਆ, BJP ਦੀ ਵੀ ਹੈ, ਕਾਂਗਰਸ ਦੀ ਵੀ ਹੈ।
MLA ਅਰੋੜੇ ਦੀਆਂ ਵੀ ਧਮਕੀਆਂ ਦਿੰਦੇ ਆ, MC ਖੁਦ ਆ ਕੇ ਧਮਕੀਆਂ ਦੇ ਕੇ ਗਿਆ ਘਰ, ਔਰ ਉਸ ਤੋਂ ਬਾਅਦ ਕਾਂਗਰਸ ਦੀਆਂ ਵੀ ਧਮਕੀਆਂ ਦਿੰਦੇ ਆ। ਕੌਣ ਧਮਕੀਆਂ ਦਿੰਦਾ ਤੁਹਾਨੂੰ? ਉਹ ਖੁਦ ਦਿੰਦੇ ਆ, ਹਰਮਨ ਸਿੰਘ ਖਾਂਬਾ, ਹਰਜੋਤ ਸਿੰਘ ਖਾਂਬਾ, ਉਹਨਾਂ ਨੇ ਖੁਦ MC ਪ੍ਰਿਆ ਸਿੱਧੂ ਦਾ ਬ੍ਰਦਰ ਗੱਬਰ ਆ ਕੇ ਸਾਡੇ ਘਰ ਰਾਤ ਨੂੰ 8 ਵਜੇ ਆ ਕੇ ਧਮਕੀ ਦੇ ਕੇ ਗਿਆ ਕਿ ਸਮਝੌਤਾ ਨਾ ਕੀਤਾ ਤੇ ਤੁਹਾਨੂੰ ਝੂਠੇ ਕੇਸ ਦੇ ਵਿੱਚ ਫਸਾ ਕੇ ਇਹਦਾ ਖਮਿਆਜਾ ਬਹੁਤ ਬੁਰੀ ਤਰ੍ਹਾਂ ਮਤਲਬ ਭੁਗਤਣਾ ਪੈਣਾ। ਹਲੇ ਵੀ ਖਤਰਾ ਜਾ, ਹਾਂ ਸਾਡੀ ਜਾਨ ਨੂੰ ਪੂਰੀ ਤਰ੍ਹਾਂ ਖਤਰਾ। ਇਸ ਵੇਲੇ ਵੀ ਅਸੀਂ ਆਪਣੇ ਘਰ 'ਚ ਨਹੀਂ ਹਾਂ, ਅਸੀਂ ਬਾਹਰ ਹੀ ਧੱਕੇ ਖਾ ਰਹੀ ਹਾਂ ਦੋਨੋਂ ਜਣੀਆਂ। ਸਾਨੂੰ ਪਤਾ ਅਸੀਂ ਘਰ ਤੋਂ ਬਾਹਰ ਬਿਨਾਂ ਸਮਾਨ ਤੋਂ ਬਿਨਾਂ ਆਪਣੀ ਰਿਕੁਆਇਰਮੈਂਟਸ ਤੋਂ ਕਿੱਦਾਂ ਰਹਿ ਰਹੇ ਹਾਂ। ਜੇ ਤੁਹਾਨੂੰ ਇਨਸਾਫ ਨਹੀਂ ਮਿਲਿਆ ਤਾਂ ਅਗਲੀ ਕਾਰਵਾਈ ਤੁਸੀਂ ਕੀ ਕਰੋਗੇ? ਅਗਲੀ ਕਾਰਵਾਈ ਮੇਰੀ ਇਹੀ ਹੈ ਕਿ ਮੈਂ SSP ਦੇ ਦਫ਼ਤਰ ਦੇ ਅੱਗੇ ਭੁੱਖ ਹੜਤਾਲ ਕਰੂੰਗੀ, ਨਹੀਂ ਤਾਂ ਆਪਣੇ ਆਪ ਨੂੰ ਫਾਂਸੀ ਦੇ ਕੇ ਮਾਰ ਲਊਂਗੀ, ਕਿਉਂਕਿ ਮੈਂ ਇੱਦਾਂ ਦਾ ਟੋਰਚਰ ਨਹੀਂ ਬਰਦਾਸ਼ਤ ਕਰ ਸਕਦੀ। ਉਹ ਮੈਨੂੰ ਹਾਈਕੋਰਟ 'ਚ ਰਿਟ ਪਟੀਸ਼ਨ ਕਰਨ ਦੀ ਸਜ਼ਾ ਦੇਣ ਦੇ ਲਈ ਮੈਨੂੰ ਮਾਰਿਆ ਕੁੱਟਿਆ ਉਹਨਾਂ ਨੇ ਪਰਸੋਂ ਵੀ 11:30 ਇਹਦਾ ਬਦਲਾ ਲੈਣ ਦੇ ਲਈ ਕਿ ਤੂੰ ਹਾਈਕੋਰਟ ਕਿਉਂ ਗਈ ਆ। ਉਹ ਕਹਿੰਦੇ, ਉਹ ਸ਼ਰੇਆਮ ਕਹਿੰਦੇ ਆ ਕਿ ਪੁਲਿਸ ਅਤੇ ਕੋਰਟ ਸਾਡੀ ਜੇਲ੍ਹ 'ਚ, ਅਸੀਂ ਪੈਸੇ ਦੇ ਕੇ ਜੱਜ ਨੂੰ ਖਰੀਦ ਕੇ ਵੀ ਅਸੀਂ ਜਿਹੜੇ ਬਰੀ ਹੋ ਜਾਵਾਂਗੇ। ਡਾਇਰੈਕਟ ਅਰੈਸਟ ਵਾਰੰਟ ਚਾਹੀਦੇ ਆ ਮੈਨੂੰ ਇਸ ਚੀਜ਼ ਦੇ, ਡਾਇਰੈਕਟ ਅਰੈਸਟ ਵਾਰੰਟ ਕਿ ਉਹ ਹਮੇਸ਼ਾ ਲਈ ਅੰਦਰ ਜਾਣ, ਜ਼ਿੰਦਗੀ ਦੇ 10-20 ਸਾਲ ਉਹ ਅੰਦਰ ਗੁਜ਼ਾਰਨ, ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਇਕੱਲੀਆਂ ਲੇਡੀਜ਼ ਜਿਹਨਾਂ ਦੇ ਸਿਰ 'ਤੇ ਆਦਮੀ ਨਹੀਂ ਆ, ਉਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਕੀ ਹੁੰਦਾ, ਅਸੀਂ ਕਸੂਰਵਾਰ ਨਹੀਂ ਹਾਂ। ਅਗਰ ਮੈਂ ਕੋਈ ਗਲਤ ਚੀਜ਼ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਂ ਕਸੂਰਵਾਰ ਨਹੀਂ ਹਾਂ, ਮੈਂ ਗਲਤ ਚੀਜ਼ ਨੂੰ ਰੋਕਿਆ। ਸਰਕਾਰ ਹਮੇਸ਼ਾ ਕਹਿੰਦੀ ਹੈ ਕਿ ਗਲਤ ਚੀਜ਼ ਨੂੰ ਰੋਕੋ, ਇੱਥੇ ਤੱਕ ਕਿ ਮੈਂ ਅਮਰਿੰਦਰ ਸਿੰਘ ਚੀਫ ਮਿਨਿਸਟਰ ਨੂੰ ਵੀ ਆਪਣੀ ਚਿੱਠੀ ਪਾਈ ਆ, ਪਰ ਨਹੀਂ ਸੁਣਵਾਈ ਕੀਤੀ ਕਿਸੇ ਨੇ ਵੀ, ਨਾ ਹੀ ਕੀਤੀ ਨਾ। ਅਗਰ 18-12 ਤੱਕ ਇਹਨਾਂ ਨੇ ਮੇਰੀ ਇਹਨਾਂ ਨੇ ਡਾਇਰੈਕਟ ਅਰੈਸਟ ਵਾਰੰਟ ਨਾ ਕੱਢੇ SSP ਨੇ, ਤਾਂ ਮੈਂ ਆਪਣੇ ਆਪ ਨੂੰ ਜ਼ਹਿਰ ਖਾ ਕੇ ਮਰ ਜਾਣਾ। ਮੈਂ ਮਰਨਾ ਪਸੰਦ ਕਰੂੰਗੀ ਇੱਦਾਂ ਦੇ ਟੋਰਚਰ ਬਰਦਾਸ਼ਤ ਕਰਨ ਤੋਂ, ਕਿਉਂਕਿ ਮੇਰੇ ਘਰ ਕੋਈ ਆਦਮੀ ਨਹੀਂ ਹੈ, ਕੋਈ ਆਦਮੀ ਦੀ ਹੈਲਪ ਨਹੀਂ ਹੈ ਸਾਨੂੰ। ਸਾਨੂੰ ਬਲੈਕਮੇਲ ਕਰਦੇ ਆ, ਸਾਡੀਆਂ ਗਲਤ ਵੀਡੀਓਜ਼ ਬਣਾਉਂਦੇ ਆ ਅੰਦਰ ਆ ਕੇ, ਸਾਨੂੰ ਧੱਕਾ ਮੁੱਕੀ ਕਰਦੇ, ਸਾਡੇ ਨਾਲ ਧੱਕੇਸ਼ਾਹੀ ਕਰੇ ਕਿ ਰਾਜ਼ੀਨਾਮਾ ਕਰੋ, ਕੇਸ ਵਾਪਸ ਲਓ। ਮੈਂ ਕੋਈ ਕੇਸ ਵਾਪਸ ਨਹੀਂ ਲੈਣਾ, ਨਾ ਕੋਈ ਰਾਜ਼ੀਨਾਮਾ ਕਰਨਾ, ਮੈਨੂੰ ਡਾਇਰੈਕਟ ਅਰੈਸਟ ਵਾਰੰਟ ਚਾਹੀਦੇ ਆ। ਇਸ ਮਾਮਲੇ ਸੰਬੰਧੀ ਪੁਲਿਸ ਦਾ ਕੀ ਕਹਿਣਾ ਹੈ ਉਹ ਸੁਣ ਲੈਂਦੇ ਆ। ਸਰ, ਇੱਕ ਮਾਮਲਾ ਆਇਆ ਸੀ ਸਾਕਸ਼ੀ ਦਾ, ਉਹਦੇ ਬਾਰੇ ਉਹ ਕਹਿੰਦਾ ਕਿ ਮੇਰੀ ਪੁਲਿਸ ਵੱਲੋਂ ਕੋਈ ਵੀ ਸੁਣਵਾਈ ਨਹੀਂ, ਉਹਦੇ ਬਾਰੇ ਕੀ ਕਹਿਣਾ? ਸਾਕਸ਼ੀ ਦਾ ਮਾਮਲਾ ਜੀ, 4:12 ਨੂੰ ਇੱਕ ਉਹਨੇ ਕੰਪਲੇਂਟ ਕੀਤੀ ਸਾਡੇ ਕੋਲ ਕਿ ਮੇਰੇ ਨਾਲ ਝਗੜਾ ਕੀਤਾ ਆਂਢੀਆਂ ਗੁਆਂਢੀਆਂ ਨੇ, ਅਤੇ ਉਹ ਕੰਪਲੇਂਟ ਸਾਡੇ ਕੋਲ ਦੇ ਕੇ ਅਤੇ ਦੁਬਾਰਾ ਮੁੜ ਕੇ ਉਹ ਸਾਡੇ ਕੋਲ ਆਈ ਨਹੀਂ। ਮੈਂ ਫਿਰ ਉਹਦੇ ਘਰ ASI ਮਦਨ ਸਿੰਘ ਨੂੰ ਭੇਜਿਆ, ASI ਮਦਨ ਸਿੰਘ ਉੱਥੇ ਗਿਆ, ਉਹਨੇ ਜਾ ਕੇ ਦੇਖਿਆ ਅਤੇ ਘਰ ਨੂੰ ਤਾਲੇ ਲੱਗੇ ਹੋਏ ਸੀ। ਅਤੇ ਇਹ 3 ਦਿਨ ਲਗਾਤਾਰ ਅਸੀਂ ਇਹਨੂੰ ਜਿਹੜਾ ਦੇਖਦੇ ਰਹੇ ਹਾਂ, ਅਤੇ ਅੱਜ ਸਾਡੇ ਕੋਲ ਸ਼ਾਮ ਨੂੰ ਹੁਣ ਕੋਈ 10 ਮਿੰਟ ਪਹਿਲਾਂ ਆਈ ਹੈ, ਜਿਹਦੀ ਅਸੀਂ ਸਟੇਟਮੈਂਟ ਲਿਖ ਲਈ ਹੈ ਅਤੇ FIR ਉਹਦੀ ਜਿਹੜੀ ਹੈ ਉਹ ਦਰਜ ਕਰ ਲਈ। ਭਾਈ ਉਹਦਾ ਇਹ ਵੀ ਕਹਿਣਾ ਕਿ ਮੈਨੂੰ ਜੋ ਪੁਲਿਸ ਪ੍ਰੋਟੈਕਸ਼ਨ ਹੈ ਉਹ ਵੀ ਨਹੀਂ ਮਿਲੀ ਹੈ? ਹਾਂ, ਹੁਣ ਉਹਨੂੰ ਇਹ ਸੁਰੱਖਿਆ ਦੇ ਬਾਰੇ ਪੁੱਛਿਆ ਗਿਆ ਸੀ ਵੀ ਤੈਨੂੰ ਪ੍ਰੋਟੈਕਸ਼ਨ ਦੀ ਲੋੜ ਹੈ, ਅਤੇ ਉਹਨੇ ਸਾਨੂੰ ਇੱਕ ਲਿਖਤੀ ਬਿਆਨ ਦਿੱਤਾ ਆ ਵੀ ਮੇਰੀ ਇਸ ਵੇਲੇ ਤਬੀਅਤ ਠੀਕ ਨਹੀਂ ਆ, ਆਪਣੇ ਘਰ ਮੈਂ ਰਹਿ ਨਹੀਂ ਰਹੀ, ਅਤੇ ਮੈਨੂੰ ਫਿਲਹਾਲ ਅਜੇ ਸੁਰੱਖਿਆ ਦੀ ਕੋਈ ਜ਼ਰੂਰਤ ਨਹੀਂ ਹੈ, ਜਦੋਂ ਮੈਨੂੰ ਲੋੜ ਹੋਈ ਤਾਂ ਮੈਂ ਤੁਹਾਡੇ ਕੋਲ ਮਾਫੀ ਤੇ ਲੈ ਲਵਾਂ। ਅਤੇ ਹੁਣ ਕੀ ਕਾਰਵਾਈ ਕਰ ਰਹੇ ਹੋ ਤੁਸੀਂ? ਅਸੀਂ ਉਹਦੀ FIR ਦਰਜ ਕਰ ਲੱਗੇ, ਠੀਕ ਹੈ, ਜਿੰਨੇ ਵੀ ਉਹਨੇ ਦੋਸ਼ੀ ਲਿਖਾਏ ਆ ਉਹਨਾਂ ਦੇ ਖਿਲਾਫ਼ FIR ਦਰਜ ਕਰ। ਅਤੇ ਦੋਸ਼ੀਆਂ ਨੂੰ ਗ੍ਰਿਫਤਾਰੀ ਉਹਨਾਂ ਦੀ FIR ਦਰਜ ਕਰਨ ਤੋਂ ਬਾਅਦ ਜ਼ਰੂਰ ਕਰਾਂਗੇ। ਠੀਕ, ਦੱਸ ਦਈਏ ਕਿ ਪੀੜਿਤ ਔਰਤ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਵੱਲੋਂ FIR ਦਰਜ ਕਰ ਲਈ ਗਈ ਹੈ। ਰੰਗਲਾ TV ਲਈ ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਦੀ ਰਿਪੋਰਟ।